आइए आज हम आपको एक बहुत ही खूबसूरत केबल वाला डिजाइन बनाना सिखाते हैं। ऐसे ही कई डिजाइन्स को सीखने के लिए आप हमारी वेबसाइट www. पर विजिट करें। ये ना डिजाइन जड़ा, ये सोलह कुंडियाते पहुंगा, उस तो अग्गे तो फिर जिन्हें मर्जी अपन आल ला सकते हैं। ਪਹਿਲੇ ਦੋ ਫੰਦੇ ਉਲਟੇ ਤਾਂਗਾ ਆਪਾਂ ਅੱਗੇ ਰਹਿਣ ਦੇਣਾ ਹੈ ਇਹਨਾਂ ਦੋ ਫੰਦਿਆਂ ਦਾ ਜੋੜਾ ਚੁੱਕ ਇਹਨਾਂ ਦੋ ਨੂੰ ਇੱਕ ਕਰ ਦੇਣਾ ਇੱਥੇ ਆਪਣੀ ਜਾਲੀ ਪੈ ਗਈ ਫਿਰ ਦੋ ਫੰਦੇ ਉਲਟੇ ਤਾਂਗਾ ਪਿੱਛੇ ਕਰਕੇ ਇਹ ਚਾਰ ਫੰਦੇ ਸਿੱਧੇ ਬਣਾਵਾਂਗੇ ਫੇਰ ਤਾਂ ਗਾਗੇ ਕਰਕੇ ਦੋ ਫੰਦੇ ਉਲਟੇ ਧੱਗ ਆਪਾਂ ਅੱਗੇ ਰੱਖਾਂਗੇ ਇਹਨਾਂ ਦੋ ਫੰਦਿਆਂ ਦਾ ਇੱਕ ਕਰਾਂਗੇ ਇੱਥੇ ਆਪਣੀ ਜਾਲੀ ਬਣਗੀ ਦੋ ਫੰਦੇ ਫੇਰ ਉਲਟੇ ਧੱਗਾ ਪਿੱਛੇ ਕਰਕੇ ਚਾਰ ਫੰਦੇ ਸਿੱਧੇ ਦੋ ਫੰਦੇ ਉਲਟੇ ਤਾ ਗਾਗੇ ਰੱਖਾਂਗੇ ਦੋ ਫੰਦੇ ਆ ਦਾ ਇੱਕ ਬਣਾਵਾਂਗੇ ਇੱਥੇ ਆਪਾਂ ਜਾਲੀ ਬਣ ਗਈ ਆਪਣੀ ਫਿਰ ਦੋ ਫੰਦੇ ਉਲਟੇ ਹੁਣ ਉਲਟੀ ਸਲਾਈ ਜਿਹੜੇ ਆਪਣੇ ਸਿੱਧੇ ਫੰਦੇ ਉਹ ਸਿੱਧੇ ਬਣਾਵਾਂਗੇ ਜਿਹੜੇ ਉਲਟੇ ਫੰਦੇ ਉਹ ਉਲਟੇ ਬਣਾਵਾਂਗੇ ਇਹ ਸਾਰੀ ਸਲਾਈ ਆਪਣੀ ਇਸ ਤਰ੍ਹਾਂ ਹੀ ਚੜੂਗੀ ਹੁਣ ਅ ਸਿੱਧੇ ਲਈ ਪਹਿਲੇ ਦੋ ਫੰਦੇ ਆਪਾਂ ਸਿੱਧੇ ਬਣਾ ਉਲਟੇ ਬਣਾਵਾਂਗੇ ਅੱਗੇ ਆਪਾਂ ਧਾਗਾ ਇੱਧਰ ਰੱਖ ਕੇ ਇਸ ਤਰ੍ਹਾਂ ਜੋੜਾ ਚੁੱਕਿਆ ਸੀ ਹੁਣ ਆਪਾਂ ਧਾਗਾ ਪਿੱਛੇ ਕਰਕੇ ਇੰਦਾ ਜੋੜਾ ਚੁੱਕਾਂਗੇ ਧਾਗਾ ਆਪਣਾ ਪਿੱਛੇ ਰਹੂਗਾ ਆ ਉਲਟਾ ਫੰਦਾ ਬਣਾਵਾਂਗੇ ਪਹਿਲਾਂ ਆਪਣੀ ਜਾਲੀ ਇੱਧਰ ਬਣੀ ਸੀ ਹੁਣ ਆਪਣੀ ਜਾਲੀ ਇੱਧਰਲੀ ਸਾਈਡ ਬਣੂਗੀ ਫਿਰ ਦੂਜਾ ਫੰਦਾ ਵੀ ਉਲਟਾ ਆ ਚਾਰ ਫੰਦੇ ਆਪਾਂ ਜਿਹੜੇ ਪਲੇਨ ਬਣਾਏ ਇਹਦੀ ਉਹਨਾਂ ਆਪਾਂ ਕੇਵਲ ਬਣਾਵਾਂਗੇ ਅਗਲੇ ਦੋ ਫੰਦੇ ਪਿੱਛੇ ਕਰਕੇ ਪਿਛਲੇ ਦੋ ਫੰਦੇ ਅੱਗੇ ਕਰਕੇ ਦੋ ਹੰਦੇ ਉਲਟੇ ਫੇਰ ਧਾਗਾ ਪਿੱਛੇ ਕਰਕੇ ਦੋ ਹੰਦਿਆਂ ਦਾ ਇੱਕ ਫੰਦਾ ਬਣਾਵਾਂਗੇ ਧਾਗਾ ਪਿੱਛੇ ਹੀ ਰਹਿਨਦਾਂਗੇ ਅੱਗੇ ਨੂੰ ਉਲਟਾ ਫੰਦਾ ਬਣਾਵਾਂਗੇ ਤੇ ਆਪਣੀ ਜਾਲੀ ਬਣ ਗਈ ਪਹਿਲਾਂ ਇਧਰਲੀ ਸਾਈਡ ਬਣੀ ਹੋਣ ਇਧਰਲੀ ਸਾਈਡ ਬਣੀ ਇੱਥੇ ਆਪਾਂ ਫੇਰ ਆ ਡਿਜ਼ਾਈਨ ਬਣਾਵਾਂਗੇ ਪਿਛਲੇ ਦੋ ਹੰਦੇ ਅੱਗੇ ਕਰਕੇ अगले दो फंदे पीछे करके दो फंदे फिर उल्टे धागा पीछे करके दो फंदे एक, फिर पिछद की धागा अगे लिया के दो फंदे उल्टे ਉਲਟੀ ਸਲਾਈ ਆਪਣੀ ਫੇਰ ਉਸ ਤਰ੍ਹਾਂ ਹੀ ਆਉਗੀ ਸਿੱਧੇ ਫੰਦਿਆਂ ਦੇ ਸਿੱਧੇ ਫੰਦੇ ਬਣਾਵਾਂਗੇ ਉਲਟੇ ਫੰਦਿਆਂ ਦੇ ਉਲਟੇ ਫੰਦੇ ਬਣਾਵਾਂਗੇ ਸਾਰੀ ਸਲਾਈ ਆਪਾਂ ਇਸ ਤਰ੍ਹਾਂ ਹੀ ਕੰਪਲੀਟ ਕਰਾਂਗੇ ਹੁਣ ਅਗਲੀ ਸਿੱਧੀ ਸਲਾਈ ਆਪਣੀ ਪਹਿਲੇ ਫੰਦੇ ਫੇਰ ਦੋ ਉਲਟੇ ਇਹ ਦੋ ਫੰਦੇ ਆ ਦਾ ਫੇਰ ਆਪਾਂ ਡਿਜ਼ਾਈਨ ਬਣਾਵਾਂਗੇ ਤਾਂ ਗਾਇਦਰ ਅੱਗੇ ਰੱਖ ਕੇ ਦੋ ਦਾ ਇੱਕ ਕਰਾਂਗੇ ਹੁਣ ਜਾਲੀ ਆਪਣੀ ਇੱਧਰ ਲਈ ਸਾਈਡ ਬਣ ਗਈ ਦੋ ਫੰਦੇ ਫੇਰ ਉਲਟੇ ਇਹ ਜਿਹੜੇ ਚਾਰ ਫੰਦੇ ਆ ਦੀ ਆਪਾਂ ਕੇਵਲ ਬਣਾਈਏ ਇਹ ਹੁਣ ਆਪਾਂ ਚਾਰ ਫੰਦੇ ਪਲੇਨ ਬਣਾਵਾਂਗੇ ਇਹ ਦੋ ਸਲਾਈਆਂ ਆਪਣੀਆਂ ਇਸ ਤਰ੍ਹਾਂ ਹੀ ਚੜਨੀਆਂ ਇਹ ਇੱਕ ਇਹ ਸਲਾਈ ਚੜ ਗਈ ਇੱਕ ਸਿੱਧੀ ਸਲਾਈ ਆਪਾਂ ਇਸ ਤਰ੍ਹਾਂ ਹੋਰ ਚੜਾਵਾਂਗੇ ਦੋ ਫੰਦੇ ਉਲਟੇ ਦੋ ਫੰਦਿਆਂ ਦਾ ਇੱਕ ਇਹ ਆਪਣੀ ਇੱਕ ਵਾਰਾ ਜਾਲੀ ਇਧਰਲੀ ਸਾਈਡ ਬਣੂਗੀ ਇੱਕ ਵਾਰਾ ਇਧਰਲੀ ਸਾਈਡ ਬਣੂਗੀ ਸਿੱਦੇ ਫੰਦੇ ਸਿੱਦੇ ਬਣਾਵਾਂਗੇ ਉਲਟੇ ਫੰਦੇ ਉਲਟੇ ਬਣਾਵਾਂਗੇ ਅਤੇ ਹੁਣ ਸਿੱਧੇ ਸਲਾਈਫ ਇਹ ਰ ਆਪਣੇ ਪਹਿਲੇ ਦੋ ਫੰਦੇ ਉਲਟੇ ਧਾਗਾ ਪਿੱਛੇ ਕਰਕੇ ਇਧਰੋਂ ਪੱਗੋਦੀ ਜੋੜਾ ਚੁੱਕਾਂਗੇ ਧਾਗਾ ਪਿੱਛੇ ਰੱਖ ਕੇ ਫਿਰ ਅਗਲੇ ਦੋ ਫੰਦੇ ਉਲਟੇ ਆਹ ਚਾਰ ਫੰਦੇ ਆਪਣੇ ਫਿਰ ਪਲੇਨ ਹੀ ਆਉਣਗੇ ਸਿੱਧੇ ਹੀ ਆਉਣਗੇ ਇਸ ਤਰ੍ਹਾਂ ਹੀ ਆਪਾਂ ਸਾਰੀ ਸਲਾਈ ਰਿਪੀਟ ਚ ਲਾਵਾਂਗੇ ਉਹਨੇ ਸਲਾਈ ਜੇ ਆਪਾਂ ਫੇਰ ਆਪਾਂ ਡਿਜ਼ਾਈਨ ਵਾਲੀ ਸਲਾਈ ਆਪਣੀ ਬਨੂੰਗੀ ਪਹਿਲੇ ਦੋ ਫੰਦੇ ਉਲਟੇ ਤਾਂ ਗਾਗੇ ਰੱਖ ਕੇ ਇਧਰੋਂ ਜੋੜਾ ਚੱਕ ਕੇ ਇੱਥੇ ਆਪਾਂ ਜਾਲੀ ਪਾਤੀ ਦੋ ਫੰਦੇ ਫੇਰ ਉਲਟੇ ਆਹ ਚਾਰ ਫੰਦਿਆਂ ਦੀ ਫੇਰ ਆਪਾਂ ਇਸ ਤਰ੍ਹਾਂ ਕੇਬਲ ਬਣਾਵਾਂਗੇ ਪਿਛਲੇ ਦੋ ਫੰਦੇ ਅੱਗੇ ਕਰ ਲਏ ਅਗਲੇ ਦੋ ਫੰਦੇ ਪਿੱਛੇ ਕਰ ਲਏ ਫੇਰ ਦੋ ਫੰਦੇ ਉਲਟੇ ਤਾਂ ਗਾਗੇ ਰੱਖਿਆ ਦੋ ਫੰਦਿਆਂ ਦਾ ਇੱਕ ਫੰਦਾ ਇੱਥੇ ਆਪਾਂ ਜਾਲੀ ਪਾਤੀ ਫੇਰ ਦੋ ਫੰਦੇ ਉਲਟੇ ਇਹਨਾਂ ਚਾਰ ਫੰਦਿਆਂ ਦੀ ਫੇਰ ਆਪਾਂ ਕੇਵਲ ਬਣਾਵਾਂਗੇ अब इस बुनाई के तरीके को बार बार दोहराएं और एक बहुत ही खूबसूरत डिजाइन तैयार करें। अगर आपने इस चैनल को सब्सक्राइब नहीं किया तो जरूर करें ताकि हम आपको नए नए डिजाइन की वीडियोस के साथ मिलते रहे